ॐ श्रीचन्द्राय नमः। 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 ॐ स्वस्ति न गुरु कमा विश्वे वेदा
Swasti Nastari Chodhavishtavini Swasti Nome Hattatantadatu Kaya Prithivam Kaya Khadishu Kaya Divam Parche Kaya Pespati Patisasantu Vayam Vishwavatamasi Vishwam Sampatasetro Vishwam Surasi Vashwam Pramavasi Vishaveta Avranadevata Vato Devata Suryo Devata Chandrama Devata Vyasavau Devata Rudra Devata Shivaya,
लक्ष्मीकां कनकमलयोगिविरध्यानगन्धं वन्दे विष्णुं पापात् अर्चितं केशवं रामनारायणं कृष्णदामोदरं वासुदेवं श्रीधरं माधवं गोपिकायवल्लभं श्रीजानकीं नायकं श्रीरामचन्द्रं भजेम ॐ मङ्गलं भगवान् विष्णुं मङ्गलं गणभ्यां मङ्गलं पुण्डरीकाक्षं मङ्गलाय स्वयंवरीं ॐ देवदिदेवाय नमो नमः पात्रगात्रेण सुप्रतिष्ठितो भावन ॐ कर्मराजाय नमः यमराजाय नमः मृत्युदेवाय नमः ॐ नमस्तस्तु त्रिगुणदेवे सर्वे धर्माय नमः शिवाय स्वाहा सदंत ॐ हराश सूर्याय नमः ॐ श्रीचंद्रवसे नमः ॐ क्रांश भौमाय नमः ॐ ब्रांश बुद्धाय नमः ॐ ब्रांश गर्गाय नमः ॐ ब्रांश प्रेमाय नमः ॐ प्रांश शनिवाय नमः ॐ प्रांश राहवाय नमः ॐ श्रांश केतवे नमः ॐ ब्रह्मोमराय काम शशि भूमि सुतो बृहच गुरु शुक्राश मिलाव के ग्रासा हे ग्रह शांति करा भवंतु ॐ सिद्धं शरणं गच्छामि ॐ सिद्धं शरणं गच्छामि ॐ सिद्धं शरणं गच्छामि जय 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 हे पशु भी लगा और जड़ दुनिया चेतना है पौधे या वृक्ष है पिपल है बरगद है सारे कुछ है ये सब उसके श्वास लेंगे श्वास छे श्वास लेंगे इस करके 21,600 श्वास दिन रात चलता रहा जो सिमरन करेगा उस 21,600 श्वास जी 600 अपान बाजू गणेश जी नहीं है 6,000 ब्रह्मा नहीं है 6,000 विष्णु नहीं है 6,000 शंकर जी नहीं है 18,600 हो गया 1,000 गुरु नहीं है 1,000 तेरा आत्मा नहीं है 1,000 का कोष नहीं है जिस वेले सारी कमाई करके सारा कुछ करके
ਅਠਾਰੇ ਪੱਲੇ ਕੀ ਕਹਿੰਦਾ ਇੱਕ ਹਜ਼ਾਰ ਇੱਕ ਹਜ਼ਾਰ ਸਵਾਸ ਲੈਂਦਾ ਜੇ ਚੌਵੀ ਘੰਟੇ ਸਿਮਰਨ ਕਰੋਗੇ ਤਾਂ ਉਹਨਾਂ ਦੇ ਵਿੱਚੋਂ ਇੱਕ ਹਜ਼ਾਰ ਸਵਾਸ ਉਸ ਵੇਲੇ ਸਵਾਸਾਂ ਦੀ ਗਿਣਤੀ ਕਰਦੇ ਕਰਦੇ ਉਹਦੇ ਵਿੱਚ ਕਈ ਬੈਠੇ ਉਹਨਾਂ ਚੋਂ ਹਜ਼ਾਰ ਦੇ ਵਿੱਚੋਂ ਵੀ ਲੈਣੇ ਦੇ ਬਹੁਤ ਬੈਠੇ ਮੰਦ ਬੁੱਧੀ ਹੰਕਾਰ ਚਿੱਤ ਜੀਵਨ ਹੰਕਾਰ ਇਹ ਪੂਰਵ ਜਨਮ ਦੇ ਸੰਸਕਾਰਾਂ ਦੇ ਨਾਲ ਆਉਂਦੇ ਆ ਔਰ ਇਸ ਸੰਸਾਰ ਦੇ ਵਿੱਚ ਚਲੇ ਜਾਂਦੇ ਆ ਇਸ ਕਰਕੇ ਹਰੇਕ ਜਨਮ ਦੇ ਵਿੱਚ ਜਾ ਕੇ ਇਹ ਚਾਰੇ ਭੁਲਦੇ ਆ ਜਿਹੜਾ ਆਤਮਾ ਹੈ ਉਹ ਨਿਰਾਕਾਰ ਹੈ ਉਹ ਆਤਮਾ ਜਿਹੜਾ ਪ੍ਰਕਾਸ਼ ਦਿੰਦਾ ਆ ਉਹ ਪਰਮਾਤਮਾ ਦੇ ਵਿੱਚ ਆਤਮਾ ਜਾ ਕੇ ਲੀਨ ਹੋ ਜਾਂਦੀ ਆ ਜਿੱਦਾਂ ਸੂਰਜ ਦੀ ਕਿਰਨ ਜਾ ਕੇ ਆਪਣੀ ਸ਼ਾਮ ਨੂੰ ਸਰੀਰ ਵਿੱਚ ਚਲੇ ਜਾਂਦਾ ਇਸੇ ਤਰ੍ਹਾਂ ਦੇ ਨਾਲ ਪਰਮਾਤਮਾ ਦੀ ਅੰਸ਼ਾਂ ਨੂੰ ਇਸੇ ਤਰ੍ਹਾਂ ਲੈਣਾ ਚਾਹੁੰਦੇ ਹਾਂ ਉਸ ਵੇਲੇ ਸਵਾਸਥ ਦੇ ਬਾਅਦ ਮਨੁੱਖ ਆਪਣੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਸਮਝਦੇ ਉਹਨਾਂ ਨੇ ਜਾ ਕੇ ਜੋ ਵੀ ਕੁਛ ਕਰਦੇ ਆ ਉਹ ਸਾਰਾ ਜੀਵਨ ਦੇ ਵਿੱਚ ਮਾਨ ਚਿੱਤ ਬੁੱਧੀ ਹੰਕਾਰ ਦੇ ਨਾਲ ਸਾਰਾ ਸਿਮਰਨ ਇਸ ਕਰਕੇ ਭਗਵਾਨ ਦਾ ਸਿਮਰਨ ਕਰਨੇ ਲਈ ਬੜੇ ਬੜੇ ਯੋਗੀ ਜਨ ਬੈਠੇ ਸਿੱਧ ਪੁਰਸ਼ ਬੈਠੇ ਉਸ ਨੂੰ ਪਾਉਣੇ ਲਈ ਕਿਆ ਹੈ ਇਸ ਚੀਜ਼ ਨੂੰ ਪਾਉਣੇ ਲਈ ਪਰਮੇਸ਼ਵਰ ਨੂੰ ਨਹੀਂ ਸਤ ਸਤ ਹੀ ਪਰਮੇਸ਼ਵਰ ਹੈ ਔਰ ਪਰਮੇਸ਼ਵਰ ਹੀ ਸਤ ਹੈ ਔਰ ਇਸਮੇ ਸਵਾਸ ਹੀ ਪਰਮਾਤਮਾ ਹੈ ਸਵਾਸ ਹੀ ਪਰਮਾਤਮਾ ਹੀ ਸਵਾਸ ਹੈ ਜਦ ਸਵਾਸਾਂ ਦੀ ਬੇਨਤੀ ਪੂਰੀ ਹੋ ਜਾਂਦੀ ਆ ਤਾਂ ਉਸ ਵੇਲੇ ਭਿਆਨਕ ਰੂਪ ਦੇ ਵਿੱਚ ਸਰੀਰ ਦਾ ਜਿਹੜਾ ਸੁੰਦਰ ਪੱਖ ਖਤਮ ਹੋ ਜਾਂਦੀ ਆ ਡਰਾਉਣ ਦੀ ਸ਼ਕਲ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਕਹਿੰਦੇ ਤਾਂ ਢੱਕਦੇ ਪਾਣੀ ਜਿਸ ਇਸਤਰੀ ਨੇ ਆਪਣੇ ਪਤੀ ਦੇ ਨਾਲ ਸਾਰਾ ਸੰਭੋਗ ਕੀਤਾ ਸਾਰਾ ਕੁਛ ਕੀਤਾ ਸੰਸਾਰ ਯਾਤਰਾ ਵੀ ਕੀਤੀ ਔਰ ਪੁੱਤਰਾਂ ਨੇ ਵੀ ਉਸਦੇ ਨਾਲ ਚੱਲੇ ਉਸਦੀ ਗੋਦ ਦੇ ਵਿੱਚ ਗਿਰ ਲਿਆ ਔਰ ਫਿਰ ਜਾ ਕੇ ਮਾਤਾ ਪਿਤਾ ਵੀ ਉਹਦੇ ਨਾਲ ਗਿਆ ਅਲੱਗ ਕਰਦੇ ਆ ਪਰ ਜਿਸ ਵੇਲੇ ਸਵਾਸਾਂ ਦੀ ਬੇਨਤੀ ਪੂਰੀ ਹੋ ਜਾਂਦੀ ਆ ਤਾਂ ਉਸ ਵਕਤ ਮੂੰਹ ਮੋੜ ਲੈਂਦੇ ਆ ਮੂੰਹ ਮੋੜ ਲੈਂਦੇ ਉਹੀ ਪਈ ਆ ਮਿੱਠੀ ਪਈ ਆ ਇਹ ਕਾਇਆ ਮਾਇਆ ਛਾਇਆ ਦਾ ਕੋਈ ਇਤਬਾਰ ਨਹੀਂ ਮਾਇਆ ਕਾਇਆ ਛਾਇਆ ਇਹਦਾ ਕੋਈ ਇਤਬਾਰ ਨਹੀਂ ਹੈ ਇਹ ਕਿਤੇ ਜਾਣੀ ਕਿਤੇ ਨਵਾਣੀ ਵਿੱਚ ਚੱਲੀ ਜਾਂਦੀ ਆਈ ਜਾਂਦੀ ਆ ਇਸ ਕਰਕੇ ਹੰਕਾਰ ਨੂੰ ਇਹਨੂੰ ਕਰਨਾ ਚਾਹੀਦਾ ਮਹਾਂਪੁਰਸ਼ ਆਪਣੀ ਇਸ ਯਾਤਰਾ ਨੂੰ ਆਰੰਭ ਕਰਦੇ ਆ ਗਿਆਨ ਦੀ ਪੂਰਨ ਫੁਰਨ ਲੈਣੀ ਗੁਰੂ ਪਿਤਰੀ ਭਾਵ ਪਿਤਾ ਦਾ ਪੰਜ ਸਾਲ ਪੰਜ ਜਨਮ ਦੇ ਸਕਦਾ ਫਿਰ ਆਉਂਦਾ ਮਾਸਟਰ ਅਧਿਆਨ ਦੇ ਸਕਦਾ ਇਹ ਵੀ ਸੀ ਉਹਦਾ ਹੱਕ
ਉਸ ਵਕਤ ਉਸਦੇ ਵੀ ਸੰਸਕਾਰਾਂ ਦੇ ਵਿੱਚ ਕੁਛ ਨਾ ਕੁਛ ਉਹਨੂੰ ਵੀ ਦਿੱਤੇ ਜਾਂਦੇ। ਫਿਰ ਜਾ ਕੇ ਉਹਦਾ ਆਚਾਰਕ ਉਠਾਰ ਪਾ ਕੇ ਫਿਰ ਜਾ ਕੇ ਜਿਸਨੂੰ ਲੈ ਚੱਲਦਾ ਆ, ਫਿਰ ਜਾ ਕੇ ਅਤਿਥੀ ਹੁੰਦਾ, ਅਤਿਥੀ ਆਉਂਦਾ ਸਤਿਕਾਰ ਕਰਦਾ, ਕਰਦੇ ਵੀ ਜਾਂਦਾ। ਜੇ ਉਹਨੇ ਕੋਈ ਭਿਕਸ਼ਾ ਮਿਲ ਜਾਵੇ ਤਾਂ ਬੜਾ ਖੁਸ਼ ਹੋ ਕੇ ਆਸ਼ੀਰਵਾਦ ਦੇ ਕੇ ਚਲੇ ਜਾਂਦਾ, ਆਪਣੇ ਪਾਪਾਂ ਨੂੰ ਅਜੇ ਤੁਹਾਡੇ ਪਾਪਾਂ ਨੂੰ ਨਾਲ ਲੈ ਜਾਂਦਾ। ਜਿਸ ਵੇਲੇ ਪਾਪਾਂ ਦੀ ਗਠਰੀ ਪੂਰੀ ਹੋ ਜਾਂਦੀ ਆ ਤਾਂ ਉਸ ਵਕਤ ਉਹ ਆਪਣੇ ਪਾਪਾਂ ਦੀ ਭਗਤੀ ਦੇ ਨਾਲ ਉਸਨੂੰ ਸੰਪੂਰਨ ਕਰਨਾ ਅਤਿਥੀ ਅਤਿਥੀ ਹੋ। ਦੇਵਤਾ ਵੀ ਔਰ ਪਰਮਾਤਮਾ ਵੀ ਕਰਨ ਯੋਗੀ ਜਾਂਦੀ ਜਦ ਤੁਸੀਂ ਦੇਖਦੇ ਸੀ ਕਿ ਅਤਿਥੀ ਫਲ ਆ ਕੇ ਸ਼ਬਦ ਕਹਿੰਦਾ ਦੱਸਣਾ ਔਰ ਛਾਲ ਮਾਰ ਦਿੰਦੇ ਸੀ, ਉਹਦੇ ਪੈਰ ਨਹੀਂ ਹੁੰਦੇ ਸੀ। ਭਗਵਾਨ ਵੀ ਸਵੈਮ ਜਿਸ ਵੇਲੇ ਮਹਾਂਪੁਰਸ਼ ਜਾਂਦੇ ਆ ਤਾਂ ਉਹਨਾਂ ਦੇ ਸਤਿਕਾਰ ਲਈ ਖੜੇ ਹੁੰਦੇ ਅਤਿਥੀ ਫਲ, ਅਤਿਥੀ ਦਾ ਰੂਪ ਦਾ ਧਾਰਨ ਕਰਦੇ ਆ। ਜਿਸ ਵੇਲੇ ਵਿਸ਼ਨੂੰ ਭਗਵਾਨ ਜਾ ਕੇ ਫਲ ਚੱਕਰ ਸਾਡਾ ਸ਼ੰਖ ਚੱਕਰ ਜਿਹੜਾ ਆਪਾਂ ਨੂੰ ਲੈ ਕੇ ਬੈਠੇ ਆ ਤਾਂ ਉਸ ਵਕਤ ਅਤਿਥੀ ਆ ਰਹੇ ਆ ਤਾਂ ਉਹਨਾਂ ਦੇ ਸਤਿਕਾਰ ਕਰਨੇ ਲਈ ਉਸ ਦਰਵਾਜੇ ਦੇ ਉੱਤੇ ਬੈਠੇ, ਉਸ ਦਰਵਾਜੇ ਦੇ ਉੱਤੇ ਸੀਰੇ ਸਰਨਾਮ ਕਰਨੇ ਲਿਖੇ ਹੁੰਦੇ। ਅਤਿਥੀ ਕੋਈ ਛੋਟਾ ਜਿਹਾ ਹਸਤੀ ਨਹੀਂ ਹੁੰਦੀ, ਅਤਿਥੀ ਇੱਕ ਪਰਮਾਤਮਾ ਦਾ ਸਰੂਪ ਹੁੰਦਾ। ਜਿਸ ਵੇਲੇ ਆਉਂਦੇ ਆ ਤੇਰੇ ਪੈਰ ਪਾਉਂਦੇ ਆ, ਉਹਨੂੰ ਆਸਣ ਦਿੰਦੇ, ਸਾਰਾ ਕੁਝ ਕਰਦੇ, ਆਸ਼ੀਰਵਾਦ ਦਿੰਦੇ। ਤਾਂ ਉਸ ਵਕਤ ਅਤਿਥੀ ਭਾਵ ਜਿਸ ਰਿਸ਼ਤੇ ਵਿੱਚ ਕੋਈ ਆ ਕੇ ਮੰਗਦਾ ਖੈਰ ਨੂੰ ਮੰਗਦਾ ਆ, ਇਹ ਸਮਝੋ ਕਿ ਅਤਿਥੀ ਆਇਆ ਉਹਨੂੰ ਦੇ ਦੇ ਕੁਛ ਨਾ ਕੁਛ, ਇਹ ਨਹੀਂ ਪਤਾ ਕਿਹੜੇ ਬਹਾਨੇ ਦੇ ਵਿੱਚ ਪਰਮਾਤਮਾ ਦਾ ਦਰਸ਼ਨ ਹੁੰਦਾ। ਜੇ ਉਹਨੇ ਤੁਸੀਂ ਖਾਲੀ ਮੋੜ ਦੋਗੇ ਉਹ ਠਾਕੇ ਪੁੰਨ ਲੈ ਜਾਊਗਾ ਔਰ ਪਾਪ ਛੱਡ ਜਾਊਗਾ, ਉਹਦਾ ਕਾਰਨ ਨਹੀਂ ਜਾਂਦਾ। ਉਹ ਕਹਿੰਦਾ ਭੁੱਖੇ ਨਹੀਂ ਗਏ ਬੈਠੇ, ਰੋਜ਼ੀ ਰੋਟੀ ਹੈ ਸਰ, ਕੋਈ ਤਾਂ ਦੇਣੇ ਆਉਂਦੇ। ਇਹ ਸਰ ਪਰਮਾਤਮਾ ਦੇ ਵਿੱਚ 15ਵੇਂ ਅਧਿਆਇ ਦੇ ਵਿੱਚ ਇਹੀ ਸਾਰਾ ਕੁਛ ਦੱਸਿਆ ਗਿਆ। ਗੁਰੂ ਦੇ ਵਿੱਚ ਅੱਧਾ ਗੱਲ ਖੁਲਾਸਾ ਕਰਦਾ, ਅੱਧਾ ਹੁਣ ਥੋੜ੍ਹੇ ਕਰਦੇ ਹਾਂ ਉਹਦੇ ਮੁਤਾਬਕ। ਉਸ ਵਕਤ ਮਨੁੱਖ ਲਈ ਫਿਰ ਜਾ ਕੇ ਗੁਰੂ ਦੀ ਇੱਛਾ ਹੁੰਦੀ ਹੈ। ਗੁਰੂ ਕਿਆ ਹੈ, ਜੇ ਸੱਤ ਦੁਆਰ ਹੈ, ਮੁੱਖ ਹੈ, ਨਾਸਿਕਾ ਦੇ ਦੋ ਦੁਆਰ ਹੈ, ਅੱਖਾਂ ਦੇ ਦੋ ਦੁਆਰ ਹੈ, ਕੰਨਾਂ ਦੇ ਦੋ ਹੈ, ਇਹ ਸੱਤ ਕਾਮ ਕਹੇ ਚੰਨ ਗੰਗਾ ਇਹ ਸਾਰੀਆਂ ਅਜੈਨ ਅਜੈਨ ਜਿਹੜੀਆਂ ਸੱਤ ਕਾਮ ਤਰਕ ਹੈਗਾ, ਦੁਆਰਕਾ ਵਗੈਰਾ ਸਾਰਾ ਕੁਛ, ਇਹ ਸੱਤਾਂ ਕਾਮਾਂ ਦੇ ਵਿੱਚ ਜਿਸ ਵੇਲੇ ਪ੍ਰਾਣੀ ਦੇ ਪ੍ਰਾਣੀ ਕਰੇਗਾ ਉਹ ਜਾ ਕੇ ਉਸ ਵਿੱਚ ਜਾ ਕੇ ਮਨੁੱਖ ਭੂਮੀ ਦੇ ਵਿੱਚ ਫਿਰ ਬਣੇਗਾ। ਜਿਸ ਵੇਲੇ ਟੱਟੀ ਔਰ ਪਿਸ਼ਾਵਰ ਆਦਿ ਪ੍ਰਾਣ ਨਿਕਲ ਜਾਂਦੇ ਆ ਤਾਂ ਉਦੋਂ ਗਤੀ ਹੁੰਦੀ ਹੈ। ਉਸ ਵਕਤ 84 ਲੱਖ ਜੀਵਨੀ ਭੁਗਤ ਕੇ ਫਿਰ ਮਨੁੱਖ ਦਾ ਜਨਮ ਹੁੰਦਾ। ਇੱਕ ਥੋੜ੍ਹਾ ਜਿਹਾ ਕੇਵਟ ਔਰ ਰਾਮ ਦਾ ਸੰਵਾਦ ਚੱਲਦਾ, ਜਿਸ ਵੇਲੇ ਭਗਵਾਨ ਨਾਰਾਇਣ ਰੂਪ ਦੇ ਵਿੱਚ ਬੈਠੇ ਸੀ ਤਾਂ ਕੇਵੜਾ ਆਉਂਦਾ ਸੀਗਾ, ਉਹਦੇ ਪੈਰਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਸਾ, ਤਾਂ ਸ਼ੇਸ਼ ਨਾਗ ਉਸਨੂੰ ਫੰਕਾਰੇ ਦੇ ਨਾਲ ਪਰੇ ਕਰ ਦਿੰਦਾ ਸੀ। ਕਈ ਜਨਮ ਨਿਕਲ ਗਿਆ, ਬਾਅਦ ਦੇ ਵਿੱਚ ਰਾਮ ਅਵਤਾਰ ਆ ਗਿਆ, ਉਹ ਇਸੀ ਪਕਸ਼ ਦੇ ਵਿੱਚ ਬੈਠਾ ਸੀਗਾ ਕਿ ਰਾਮ ਅਵਤਾਰ ਆਣਗੇ ਤਾਂ ਮੇਰਾ ਉਦਾਰ ਕਰਨਗੇ। ਉਸ ਵੇਲੇ
ਰਾਮ ਅਵਤਾਰ ਦੇ ਵਿੱਚ ਜਿਸ ਵੇਲੇ ਵਨਵਾਸ ਹੋਇਆ ਤਾਂ ਉਸ ਵਕਤ ਆਪਣੇ ਰਾਜਾ ਨੂੰ ਕਹਿੰਦਾ ਕੇਵਟ ਨਿਸ਼ਾਦ ਨੂੰ ਕਿ ਤੇਰਾ ਦੇਖੋ ਮੈਂ ਤੈਨੂੰ ਕੁਛ ਨਹੀਂ ਮੰਗਿਆ, ਅੱਜ ਕਿਤੋਂ ਮੰਗ ਲਿਆ ਤੂੰ, ਇਹ ਉਧਾਰੇ ਮੇਰੇ ਪੈ ਗਏ ਮੇਰੇ ਪਾਸ। ਕਹਿੰਦਾ ਬੋਲੋ, ਬਚਨ ਇਹ ਆ ਕਿ ਮੇਰੀ ਮੇਰੀ ਗੰਗਾ ਦੇ ਉੱਤੇ ਕੋਈ ਨਾਮ ਲਿਖਣ ਯੋਗ ਨਹੀਂ ਔਰ ਤੁਸੀਂ ਨਾ ਵਿੱਚ ਬੋਲ ਲਿਓ। ਸਾਡਾ ਆਪਸ ਵਿੱਚ ਗੱਲ ਬਸ ਕਹਿੰਦਾ ਅੱਛਾ ਜੇ ਤੇਰੀ ਇੰਨੀ ਭਾਵਨਾ ਆ ਤਾਂ ਚੰਗਾ ਕਰਨਾ, ਹੁਣ ਗੱਲ ਹੋਣੀ ਅਸੀਂ ਜਿਸ ਵੇਲੇ ਮੰਗੀ ਆਏ ਨਿਸ਼ਾਦ ਨੂੰ ਕਹਿੰਦੇ ਹੇ ਮਿੱਤਰ ਅੱਜ ਗੰਗਾ ਪਾਰ ਕਰਨ ਲਈ ਚੱਲੇ, ਗੰਗਾ ਪਾਰ ਕਰਨ ਲਈ ਚੱਲੇ ਆ ਤਾਂ ਉਸ ਵਕਤ ਕੇਵਟ ਨੂੰ ਕਹਿੰਦਾ ਮਾਂਗੀ ਨਾਲ ਨਾ ਕੇਵਟ ਆਣਾ, ਮੰਗੀ ਨਾਲ ਨਾ ਕੇਵਟ ਆਣਾ। ਦੂਸਰੇ ਪਾਸੇ ਕਹਿੰਦੇ ਮਾਂਗੀ ਨਾਲ ਨਾ ਕੇਵਟ ਆਣਾ, ਕੇਵਟ ਆ ਗਿਆ। ਕਹਿੰਦਾ ਮਹਾਰਾਜ ਕਹਿੰਦਾ ਕੀ ਗੱਲ, ਕਹਿੰਦੇ ਵੀ ਅਸੀਂ ਜਾਣਾ ਚਾਹੁੰਦੇ ਹਾਂ। ਕਹਿੰਦੇ ਹੇ ਨਾਥ ਮੈਂ ਤੇਰਾ ਵਰਗ ਨਹੀਂ ਜਾਣਾ, ਮੈਂ ਤੇਰਾ ਭੇਤ ਜਾਣਦਿਆਂ। ਉਹ ਕਹਿੰਦੇ ਅੱਜ ਤੱਕ ਤਾਂ ਕੋਈ ਰਿਸ਼ੀ ਗਣ ਵਿੱਚ ਮੇਰਾ ਭੇਤ ਜਾਣ ਸਕੇ ਤਾਂ ਤੂੰ ਕਿੱਥੇ ਜਾਣ ਕੇ ਆਪਣੇ ਮਨ ਚ ਪ੍ਰਚਾਰ ਕਰਦੇ ਆ। ਕਹਿੰਦਾ ਪ੍ਰਭੂ, ਕਹਿੰਦਾ ਠੀਕ ਆ ਤਾਂ ਇੰਨੇ ਚਿਰ ਨੂੰ ਕਹਿੰਦਾ ਨਾ ਉਹ ਨਹੀਂ ਜਾਏਗੀ। ਕਹਿੰਦੇ ਕਿਉਂ, ਤੁਹਾਡੇ ਪੈਰਾਂ ਦੇ ਵਿੱਚ ਕੋਈ ਮਿੱਟੀ ਐਸੀ ਲੱਗੀ ਹੋਈ ਹੈ, ਐਸੀ ਆਕਰਸ਼ਣ ਹੈ ਕਿ ਇੱਥੇ ਜਨਾਨੀਆਂ ਪੈਦਾ ਕਰ ਦਿੰਦੇ। ਜਿਸ ਵੇਲੇ ਅਹਲਿਆ ਦਾ ਉਧਾਰ ਕੀਤਾ ਤੇ ਸ਼ਿਲਾ ਨੂੰ ਪੈਰ ਲੱਗੇ ਸੀ ਤਾਂ ਉਹਦਾ ਉਧਾਰ ਹੋ ਗਿਆ ਸਰ, ਤਾਂ ਮੇਰੇ ਤਾਂ ਕਹਿੰਦਾ ਕਾਠ ਦੀ ਆ। ਤਾਂ ਉਸ ਵਕਤ ਕਹਿੰਦਾ ਵੀ ਬਹੁਤ ਅੱਛਾ ਹੈ, ਨਹੀਂ ਹੁੰਦਾ ਕੋਈ ਵੀ, ਉਹ ਕਹਿੰਦਾ ਨਹੀਂ ਮੈਂ ਪੈਰ ਧੋਣਾ। ਉਹ ਕਹਿੰਦਾ ਪੈਰ ਧੋਣੇ ਦੀ ਇਜਾਜ਼ਤ ਦਿਓ। ਹੁਣ ਉਸ ਇੱਥੋਂ ਬਾਣ ਚੱਕਿਆ, ਤੈਨੂੰ ਕਹਿੰਦਾ ਮੈਂ ਸੁਨੇਹਾ ਲਕਸ਼ਮਣ ਕਹਿੰਦਾ, ਕਹਿੰਦਾ ਲਕਸ਼ਮਣ ਚਲਾ ਬਾਣ। ਕਹਿੰਦਾ ਕਹਿੰਦਾ ਕੀ, ਗੰਗਾ ਦਾ ਤੱਟ ਹੋਵੇ ਮੂਹਰੇ ਖੜਾ ਹੋਵੇ ਤਾਂ ਤੂੰ ਵਿੱਚ ਮਾਰੇ ਤਾਂ ਮੇਰਾ ਜੈਸੇ ਮੈਂ ਡਿੱਗੂਗਾ ਤਾਂ ਗੰਗਾ ਦੇ ਵਿੱਚ ਨਾ ਕਰ ਸਕਦਾ, ਉਸ ਮੇਰਾ ਤਾਂ ਉਧਾਰ ਇਹ ਫਿਰ ਮੇਰਾ ਸੰਸਕਾਰ ਕਰਦਾ, ਮੂਹਰੇ ਚੱਕ ਕੇ ਲੈ ਕੇ ਜਾਊਗਾ, ਫਿਰ ਜਾ ਕੇ ਮੇਰੇ ਬੱਚਿਆਂ ਦਾ ਵੀ ਧਿਆਨ ਰੱਖੂਗਾ, ਫਿਰ ਮੇਰੀ ਘਰ ਵਾਲੀ ਦਾ ਵੀ ਧਿਆਨ ਰੱਖੂਗਾ। ਉਹ ਲਿਸਟ ਐਡੀ ਵੱਡੀ ਬਣਾ ਤੀ ਉਹ ਚੁੱਪ ਰੱਖ ਕੇ ਰਾਮ ਲਕਸ਼ਮਣ ਕਹਿੰਦਾ ਬਾਪੇ ਬਾਤ ਇਹ ਤਾਂ ਤੈਨੂੰ ਵੀ ਲਿਸਟ ਬਣਾ ਤੀ। ਕਹਿੰਦਾ ਕਹਿੰਦਾ ਆਪ ਵੀ ਚੁੱਪ ਕਰ ਲਿਆ। ਕਹਿੰਦਾ ਫਿਰ ਕਹਿੰਦਾ ਚੰਗਾ ਭਾਈ ਤੂੰ ਪੈਰ ਧੋਣਾ। ਪੈਰ ਧੋਤੇ ਸਾਰੇ ਦੇਵਤਾ ਕਣ ਆ ਕੇ ਖੜੇ ਹੋ ਗਏ ਕਿ ਅਸੀਂ ਵੀ ਚਰਨਾਮਤ ਲੈ ਲਵਾਂਗੇ। ਤਾਂ ਉਸ ਵਕਤ ਗੰਗਾ ਦੇ ਵਿੱਚੋਂ ਜਿਸ ਵੇਲੇ ਪੈਰ ਧੋਤੇ ਆ ਤਾਂ ਇੱਕ ਪੈਰ ਦੀ ਮਿੱਟੀ ਲੈ ਜਾਂਦੀ ਆ ਔਰ ਦੂਸਰਾ ਪੈਰ ਨਫੇਰਾ ਵੀ ਨਾ ਫੇਰਾ ਖੋਲਦਾ। ਉਹ ਕਹਿੰਦਾ ਮਹਾਰਾਜ ਕਿੰਨੀ ਵਾਰ, ਕਹਿੰਦਾ ਚੈਂਤਾ ਕਰੋ ਇੱਕ ਪੈਰ ਮੇਰੇ ਹੱਥ 'ਤੇ ਰੱਖ ਦਿਓ, ਦੂਸਰਾ ਪੈਰ ਮੈਂ ਧੋ ਲੈਣਾ। ਦੋ ਪੈਰ ਹੱਥਾਂ 'ਤੇ ਰੱਖ ਲਿਆ, ਕਹਿੰਦਾ ਮੈਂ ਤਾਂ ਡਿੱਠੂੰਗਾ, ਕਹਿੰਦਾ ਮੇਰੇ ਸਿਰ 'ਤੇ ਹੱਥ। ਕਹਿੰਦੇ ਨਿਸ਼ਾਦ ਔਰ ਇੰਦਰ ਵਗੈਰਾ ਸਾਰੇ ਕਹਿੰਦੇ ਕਿੰਨਾ ਕਿੰਨਾ ਇਹ ਚਤੁਰ ਆ, ਇਹ ਕਿੰਨਾ ਚਤੁਰ ਆ। ਕਹਿੰਦਾ ਕਿ ਹੱਥਾਂ ਦੇ ਉੱਤੇ ਚੱਕਰਿਆ, ਸਿਰ ਦੇ ਉੱਤੇ ਹੱਥ। ਕਹਿੰਦਾ ਇਹਦੀ ਉਪਮਾ ਕੀ, ਕਹਿੰਦਾ ਮਹਾਰਾਜ
ਹੋ ਗਿਆ ਕਲਿਆ ਚਾਹ ਕੇ ਉਹਨਾਂ ਨੂੰ ਸ਼ੇਰਾ 'ਤੇ ਬਿਠਾਇਆ। ਕਹਿੰਦਾ ਤੁਸੀਂ ਜਿਸ ਵੇਲੇ ਗੁਰੂ ਦੇ ਆਸ਼ਰਮ 'ਚ ਜਾਂਦੇ ਹੋਵੇ ਤਾਂ ਪਿਤਰਾਂ ਨੂੰ ਪਾਣੀ ਵੀ ਦਿੰਦੇ ਹੋਵੇ, ਉਹ ਸ਼ਲੋਕ ਜਾਣਦੇ ਹੋ, ਮੇਰਾ ਵੀ ਗਵਾ ਦਿਓ। 27 ਕੁੱਲ 21 ਕੁੱਲਾਂ ਹੋਣੀਆਂ ਪਈਆਂ ਤਰਪਣ ਦੇ ਵਿੱਚ। ਉਸੇ ਵਕਤ ਜਿਸ ਵੇਲੇ 21 ਕੁੱਲਾਂ ਚਾਰ ਦਿੱਤੀਆਂ, ਕਹਿੰਦਾ ਹੁਣ ਦੱਸ ਮੈਨੂੰ। ਉਹਨੇ ਚੱਕਿਆ ਗੋਦੀ ਚੱਕ ਕੇ, ਕਹਿੰਦਾ ਧਨ ਦਸ਼ਰਥ ਨੂੰ ਵੀ ਇਹ ਮਨੂਮ ਨਹੀਂ ਹੋਇਆ ਕਿ ਮੈਂ ਗੋਦੀ 'ਚ ਕਿੱਦਾਂ ਚੱਕਣਾ। ਅੱਜ ਮਾਤਾ ਪਛੱਤਿਆ ਨੂੰ ਪਤਾ ਕਿ ਮੈਂ ਕਿੱਦਾਂ ਚੱਕਿਆ। ਅੱਜ ਦੁਨੀਆਂ ਦਾ ਨਾਇਕ ਇਹਦੀ ਗੋਦੀ ਦੇ ਵਿੱਚ ਬੈਠ ਕੇ ਜਾ ਕੇ ਉਹਦੇ ਵਿੱਚ ਕੀਰਤੀ ਦੇ ਵਿੱਚ ਬੈਠ। ਜਿਸ ਵੇਲੇ ਚੱਲਿਆ ਬੜਾ ਸੁੰਦਰ ਚੱਲਦੇ ਆ, ਉਸ ਵਿੱਚ ਜਾ ਕੇ ਕਹਿੰਦਾ ਗੰਗਾ ਨੂੰ, ਕਹਿੰਦਾ ਧੀਰੇ ਧੀਰੇ ਚੱਲੋ, ਹੌਲੀ ਹੌਲੀ ਚੱਪੂ ਚਲਾਉਂਦਾ ਚਲਾਉਂਦਾ ਇੱਕ ਗੇੜਾ ਕੱਢਿਆ, ਦੋ ਗੇੜੇ ਕੱਢੇ, ਤਿੰਨ ਗੇੜੇ ਕੱਢੇ, ਚਾਰ ਗੇੜੇ ਕੱਢੇ। ਜਿਸ ਵੇਲੇ ਗੇੜੇ ਕੱਢੀ ਜਾਂਦਾ ਉਹ ਕਹਿੰਦਾ ਭਾਈ ਸਾਹਿਬ ਚੱਕਰਾਂ 'ਚ ਪਾਇਆ, ਤੂੰ ਦੁਬਾਰਾ ਚੱਕਰ 'ਚ ਕੱਢ। ਕਹਿੰਦਾ ਮਹਾਰਾਜ ਤੁਸੀਂ ਤਾਂ ਹੁਣੇ ਦੌੜਾ ਗਿਆ, ਸਾਨੂੰ 84 ਦੇ ਚੱਕਰ 'ਚ ਪਾਇਆ, ਸਾਨੂੰ 84 ਦੇ ਚੱਕਰ 'ਚ ਪਾਇਆ, ਤੁਸੀਂ ਚਾਰ ਚੱਕਰਾਂ 'ਚ ਘੁੰਮੋ। ਕਹਿੰਦਾ ਤੂੰ ਚਾਹਣਾ ਕੀ ਹੈ? ਕਹਿੰਦਾ ਇਹਨਾਂ ਚੱਕਰਾਂ ਦੇ ਵਿੱਚੋਂ ਵੀ ਸਭ ਤੋਂ ਇਹ 84 ਦੇ ਚੱਕਰਾਂ 'ਚ ਵੀ ਕੱਢੋ, ਉਸ ਵੀ 84 ਦੇ ਚੱਕਰਾਂ ਦੇ ਵਿੱਚੋਂ ਵੀ ਬੈਠਾ ਬਹਿਦਾ ਕੀਤਾ ਹੀ ਨਹੀਂ। ਤਾਂ ਉਸਨੇ ਅਸ਼ਟਾਂਗ ਪ੍ਰਣਾਮ ਕੀਤਾ, ਉਹ ਬਹਿ ਦੇਣ ਲੱਗਾ ਅਤੇ ਕੁਛ ਨਾ ਕੁਛ ਮੁਦਰਕਾ ਦੇਣ ਲੱਗਾ। ਸੀਤਾ ਨੂੰ ਇਸ਼ਾਰਾ ਕੀਤਾ, ਸੀਤਾ ਨੇ ਆਪਣੀ ਮੁੰਦਰੀ ਕੱਢੀ, ਕੱਢ ਕੇ ਦੇਣ ਲੱਗੀ, ਦੇਣ ਲੱਗੇ। ਉਹ ਕਹਿੰਦਾ ਨਹੀਂ, ਇਹ ਮੇਰੀ ਮਾਂ ਦੀ ਮੁੰਦਰੀ, ਇਹ ਤੁਹਾਡਾ ਹੱਕ ਨਹੀਂ ਹੈ, ਮੈਂ ਨਹੀਂ। ਕਹਿੰਦਾ ਮਲਾ ਸਿਰ ਮਲਾਹੀ ਨਾ ਲੇਤਾ, ਧੋਬੀ ਸਿਰ ਧੋਬੀ ਨਾ ਲੇਤਾ, ਮੇਰੀ ਜਾਤ ਨਾ ਮਾਰ। ਜਿਸ ਵੇਲੇ ਧੋਬੀ ਦੇ ਵੱਲ ਵਾ ਧੋਬੀ ਪ੍ਰੈਸ ਕਰਦਾ, ਧੋਬੀ ਧੋਬੀ ਤੇ ਨਹੀਂ ਮਿਲਦਾ, ਮਲਾ ਮਲਾਹ ਤੇ ਮਿਲਦਾ, ਨਾਈ ਨਾਈ ਤੇ ਨਾ ਲੇਤਾ। ਇਸ ਕਰਕੇ ਮੈਂ ਕਹਿੰਦਾ ਨਹੀਂ ਕਹਿੰਦਾ। ਉਸ ਵੇਲੇ ਪੈਰੀ ਪੈ ਕੇ ਕਹਿੰਦਾ ਕੀ ਹੈ? ਕਹਿੰਦਾ ਪ੍ਰਭੂ ਇਹ ਅੱਜ ਦੇ ਨਾਪ ਦੇ ਵਿੱਚ ਨਾ ਕੋਈ ਹੋਰ ਚਲੂਗਾ ਨਾ ਵਾਸਤਾ ਚੜ੍ਹਨ, ਇਹ ਇੱਥੇ ਰੱਖੀ ਆ ਗਈ, ਇਹ ਪੂੰਜੀ ਗੱਲ। ਕਹਿੰਦਾ ਕਿਉਂ? ਕਹਿੰਦਾ ਜਦ ਤੁਸੀਂ ਆਓਗੇ ਤਾਂ ਤੁਹਾਨੂੰ ਬਿਠਾ ਕੇ ਲੈ ਕੇ ਜਾਊਂਗਾ, ਜੇ ਤੁਹਾਡਾ ਕੋਈ ਸੇਵਕ ਵੀ ਆਊਗਾ ਤਾਂ ਵੀ ਉਹ ਉਸਦੇ ਤਿਆਰ ਹੋਊਗੀ। ਫਿਰ ਭਰਤ ਨੂੰ ਵੀ ਇਸੀ ਨਾਲ ਦੇ ਵਿੱਚੋਂ ਪਾਠ ਕੀਤਾ ਤਾਂ ਉਸ ਜਿਸ ਵੇਲੇ ਸਾਰਾ ਕੁਝ ਹੋਇਆ। ਤਾਂ ਉਸ ਵੇਲੇ ਕਹਿੰਦੇ ਆ ਕੇਵਟ ਨੇ ਕਿਹਾ ਕਿ ਪ੍ਰਭੂ ਜਿਸ ਵੇਲੇ ਰਾਜ ਅਭਿਸ਼ੇਕ ਹੋਵੇ ਤਾਂ ਮੈਨੂੰ ਜ਼ਰੂਰ ਬੁਲਾ। ਰਾਜ ਅਭਿਸ਼ੇਕ ਦੇ ਵਿੱਚ ਨਿਸ਼ਾਦ ਵੀ ਆਇਆ, ਕੇਵਟ ਵੀ ਆਏ, ਸਾਰੇ ਆਏ, ਸਾਰਿਆਂ ਨੂੰ ਕੀਤਾ। ਅਤੇ ਕੇਵਟ ਕਹਿੰਦਾ ਬਸ ਮੈਂ ਸਭ ਕੁਛ ਮਿਲ ਗਿਆ, ਬ੍ਰਹਮੰਡ ਦਾ ਨਾਸ਼ਾ ਨਜ਼ਾਰਾ ਮਿਲ ਗਿਆ, ਮੈਂ ਤਾਂ ਪ੍ਰਭੂ ਇਸੇ ਤਾਕ ਦੇ ਵਿੱਚ ਬੈਠਾ ਸਾਂ ਕਿ ਕੱਲ੍ਹ ਭਗਵਾਨ ਰਾਮ ਆਉਣਗੇ, ਕੱਲ੍ਹ ਮੇਰਾ ਸਾਰਾ ਸੰਕਲਪ ਪੂਰੇ ਹੋਣਗੇ, ਮੇਰੇ ਸਾਰੇ ਸੰਕਲਪ ਪੂਰੇ ਹੋਣਗੇ, ਸਭ ਨੂੰ ਭੇਜਿਆ ਕਰਾਂਗੇ। ਤਾਂ ਇਸ ਕਰਕੇ 84 ਦੇ ਚੱਕਰਾਂ ਦੇ ਵਿੱਚ ਜਾ ਕੇ ਬਾਕੀ ਦੇ ਮਾਰਗ ਦੇ ਨਾਲ ਚੱਲਣਾ ਪੈਂਦਾ ਆ ਅਤੇ ਹੋਰ ਕਿਸੇ ਦੇ ਨਾਲ ਨਹੀਂ ਚੱਲਣਾ ਪੈਂਦਾ। ਤਾਂ ਇਹ ਮਹਾਂਪੁਰਸ਼ ਉਸ ਭਗਤੀ ਦਾ ਰਾਸਤਾ ਰੱਖਦੇ ਆ ਕਿ ਕਿਹੜੇ ਕਿਹੜੇ ਰਸਤੇ ਜਾਣਾ ਆ, ਉਹ ਆਪਣੇ ਆਪਣੇ ਮਾਤ ਅਨੁਸਾਰ ਸਾਰੇ ਗੁਰੂ ਦੱਸਦੇ ਆ। ਤਾਂ ਉਹ ਜਾ ਕੇ ਉੱਥੇ ਉਸੀ ਮੰਜ਼ਿਲ 'ਤੇ ਪਹੁੰਚਦੇ ਆ ਜਿਸ ਰਸਤੇ 'ਤੇ ਜਾਣਾ। ਉਸ ਪਹਿਲੇ 15ਵੇਂ ਅਧਿਆਏ ਦੇ ਵਿੱਚ ਇਹੀ ਦੱਸਿਆ ਗਿਆ ਆ ਕਿ ਇਨਸਾਨ ਕਿ ਤੂੰ ਆਪਣੇ
ਕਰਮਾਂ ਦੇ ਅਨੁਸਾਰ ਚੱਲ ਕੇ ਆਪਣੇ ਪੁੱਤਰ ਭੋਗ ਦਿਓ। ਇਸ ਕਰਕੇ ਅੱਜ ਦਾ ਜਿਹੜਾ ਸਾਡਾ 15ਵਾਂ ਅਧਿਆਇ ਦਾ ਸਾਰਾ ਥੋੜ੍ਹਾ ਵਿਸ਼ਕਾਂਤ ਦੇ ਨਾਲ ਦੱਸ ਦਿੱਤਾ। ਹੁਣ ਦਾ 16ਵਾਂ ਅਧਿਆਇ ਦੇ ਵਿੱਚ ਗਿਆਨ ਆ ਪਰਮ ਸੱਚ ਉਹ ਇਨਸਾਨ ਉਹ ਜੀਵ ਤੂੰ ਸਭ ਦੀ ਪਹਿਚਾਣ ਕਰ ਆਤਮਾ ਔਰ ਅਨਾਤਮਾ ਦਾ ਦੋਨਾਂ ਦਾ ਮੇਲ ਕਰ ਔਰ ਬ੍ਰਹਮ ਕੁੰਡਾਂ ਦੇ ਵਿੱਚ ਚੱਲ ਨਿਰਾਕਾਰ ਸਰੂਪ ਨੂੰ ਆਕਾਰ ਦੇ ਵਿੱਚ ਸਾਕਾਰ ਦੇ ਵਿੱਚ ਚੱਲ। ਜਿਸ ਵੇਲੇ ਵੇਖੋ ਇਹ ਆਦਿ ਸ਼ਕਤੀ ਦਾ ਸਰੂਪ ਹੈ ਨਿਰਾਕਾਰ ਆਦਿ ਸ਼ਕਤੀ ਧੀਰਜ ਦਇਆ ਧਰਮ ਔਰ ਪੁੰਨ ਖੇਤਰ ਦੇ ਵਿੱਚ ਔਰ ਪ੍ਰੇਮ ਦੀ ਧਾਰਾ ਦੇ ਵਿੱਚ ਮਹਿੰਦੀ ਹੋਏਗੀ। ਉਹਦੇ ਵਿੱਚੋਂ ਤਿੰਨ ਪ੍ਰਗਟ ਹੋਏ ਕੌਣ ਕੌਣ ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਦੇ ਵਿੱਚ ਜਾ ਕੇ ਚੱਲ ਕੇ ਉਸ ਧਾਰਾ ਨੂੰ ਕੇ ਆਸ਼ਾ ਕੀ ਬਿਨਾ ਉਸ ਸ਼ਕਤੀ ਦੇ ਸ਼ਕਤੀ ਦੇ ਨਾਲ ਬ੍ਰਹਮਾ ਸਰਜਨ ਕਰਦਾ ਆ ਉਸੀ ਸ਼ਕਤੀ ਦੇ ਨਾਲ ਵਿਸ਼ਨੂੰ ਪਾਲਣਾ ਕਰਦਾ ਹੈ ਉਸੀ ਸ਼ਕਤੀ ਦੇ ਨਾਲ ਸੇਵਾ ਉਦਾਰ ਕਰਦਾ ਹੈ। ਇਹਨਾਂ ਨੂੰ ਰਿਸ਼ੀ ਕੰਮ ਕਿਹਾ ਗਿਆ ਦੇਵੀ ਭਾਗਵਤ ਦੇ ਵਿੱਚ ਕਿ ਇਹ ਰਿਸ਼ੀ ਹੈ। ਇਸ ਕਰਕੇ ਮਨੁੱਖ ਦਾ ਜਿਹੜਾ ਕਾਰਜ ਹੈ ਮਨੁੱਖ ਦਾ ਜਿਹੜਾ ਜਨਮ ਹੈ ਇਸ ਕਾਰਨ ਦੇ ਬਣਿਆ ਕਿ ਮਨੁੱਖ ਤੋਂ ਆਪਣੇ ਸੱਤ ਦੀ ਪਹਿਚਾਣ ਕਰ ਸੱਤ ਕਿਹਾ ਚੀਜ਼ ਹੈ ਸੱਤ ਕਿਹਾ ਚੀਜ਼ ਹੈ ਸਤਿਅਮ ਪਰਮ ਧੀ ਨਹੀਂ ਸੱਚੇ ਹੀ ਕਰਨ ਸੱਚ ਨਾਲ ਪ੍ਰਕਾਸ਼ ਕਰੋ ਭਾਗਵਤ ਦੇ ਵਿੱਚ ਵੀ ਕਿਹਾ ਔਰ ਗੀਤਾ ਦੇ ਵਿੱਚ ਵੀ ਕਿਹਾ ਆ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਕਿਹਾ ਹੈ ਅਕਾਲ ਪੁਰਖ ਸਤ ਨਾਮ ਕਿਹਾ ਗਿਆ ਸਤ ਸਤ ਸਰੀਰ ਆਕਾਰ ਸਤ ਸਰੀਰ ਆਕਾਰ ਸਤ ਸੱਚਾ ਹੈ ਅਕਾਲ ਪੁਰਖ ਜਿਹੜਾ ਕੋਈ ਰੰਗ ਦਾ ਰੂਪ ਕੋਈ ਚੀਜ਼ ਨਹੀਂ ਉਸੇ ਪ੍ਰਕਾਰ ਦੇ ਵਿੱਚ ਉਸਨੂੰ ਪਾਣੀ ਨਹੀਂ ਸਾਰੇ ਮਨੁੱਖ ਜੀਵ ਜਗ ਜਗ ਜੰਤੂ ਸਭ ਪਾਣੀ ਦੇ ਤਿਆਰ ਹੁੰਦੇ ਹਨ। ਇਸ ਕਰਕੇ ਇਹਦਾ ਅਨੁਸਾਰ ਸੋਚ ਨਹੀਂ ਜਾਏਗਾ ਥੋੜ੍ਹਾ ਸਭ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਚਾ ਪਾਵਨ ਤਸਮੈ ਸ਼੍ਰੀ ਗੁਰੂ ਦੇ ਨਮੋ। ਗਰੁੜ ਜੀ ਪੁੱਛਦੇ ਹੈ ਕਿ ਇਹ ਦਿਆਨ ਦੇ ਸਮੁੰਦਰ ਅਗਿਆਨ ਸੇ ਜੀਵੋ ਕਾ ਸੰਸਾਰ ਮੇ ਆਨਾ ਜਾਨਾ ਮੈਨੇ ਸੁਣਾ ਅਬ ਸਨਾਤਨ ਮੋਕਸ਼ ਕਾ ਉਪਾਇ ਸੁਣਨਾ ਚਾਹਤਾ ਹੂੰ ਹੇ ਸ਼ਰਨਾਗਤ ਹੇ ਦੇਵੋ ਕੇ ਨੇ ਹੇ ਭਗਵਾਨ ਸਭ ਦੁੱਖੋ ਸੇ ਮਰੀ ਇਸ ਸਾਰ ਰਹਿਤ ਘੋਰ ਸੰਸਾਰ ਮੇ ਅਨੇਕ ਪ੍ਰਵਾਹ ਪ੍ਰਕਾਰ ਕੇ ਸ਼ਰੀਰੋਂ ਨਿਸ਼ਚਿੰਤ ਅਨੰਤ ਜੀਵ ਸਮੂਹ ਪੈਦਾ ਹੋਤੇ ਹੈ ਔਰ ਮਰਤੇ ਹੈ ਉਨਕਾ ਅੰਤ ਨਹੀਂ ਹੈ ਵੇ ਸਦਾ ਦੁੱਖ ਸੇ ਆਤੁਰ ਰਹਿਤੇ ਹੈ ਕਭੀ ਸੁਖੀ ਨਹੀਂ ਹੁੰਦੇ ਹੇ ਮੋਕਸ਼ ਕੇ ਸੋਮੀ ਵੇ ਕਿਸ ਅਪਾਇ ਸੇ ਇਸ ਸੰਸਾਰ ਸੇ ਛੂਟਤੇ ਹੈ ਉਸਸੇ ਕਹੀਏ। ਸ਼੍ਰੀ ਭਗਵਾਨ ਬੋਲੇ ਕਿ ਹੇ ਪ੍ਰਭੂ ਜੋ ਤੁਮ ਉਸੇ ਪੁੱਛਤੇ ਹੋ ਉਸੇ ਮੈਂ ਕਹਿਤਾ ਹੂੰ ਸੁਣੋ ਇਸਕੇ ਸੁਣੇ ਮਾਤਰ ਸੇ ਹੀ ਮਨੁਸ਼ਯ ਸੰਸਾਰ ਮੇ ਛੂਟ ਜਾਂਦਾ ਹੈ ਪਾਰ ਬ੍ਰਹਮ ਸਰੂਪ ਕਲਾ ਕਾਮ ਕਲਾ ਰਹੀ ਸ਼ਿਵ ਰੂਪ ਸਭ ਕੋ ਜਾਣਨੇ ਵਾਲੇ ਸਭ ਕੇ ਕਰਤਾ ਸਭ ਕੇ ਸੁਣੀ ਮਰ ਰਹੀ ਔਧਾ ਦੇ ਭਗਵਾਨ ਹੈ ਸਵੇ ਪ੍ਰਕਾਸ਼ ਆਦਿ ਅਨੰਦ ਸੇ ਰਹੀ ਨਿਰਾਕਾਰ ਪਰ ਗੁਣ ਰਹੀ ਸਦਾ ਸਚਿਦਾਨੰਦ ਭਗਵਾਨ ਕੇ ਅੰਸ਼ ਸੇ ਜੈ ਜੀਵ ਸੰਕੇਤ ਪ੍ਰਾਣੀ ਹੈ ਅਨਾਦਿ ਅਵਿਦਿਆ ਸੇ ਅਪਰ ਹੋਕਰ ਜੈਸੇ ਅਗਨੀ ਕੀ ਚਿੰਗਾਰੀਆਂ ਉੜਤੀ ਹੈ
वैसे ही जीव अनादि कर्म से प्राप्त हुए देह आदि उपाधि से भिन्न होता है। सुख तथा दुख देने वाले पुण्य और पापों से बने हुए उन उन जातियों से युक्त वो देह आयु और कर्मों से उत्पन्न भोग को प्रत्येक जन्म में पाता है। हे गरुड़, फिर उनसे भी परे वो प्राप्त सूक्ष्म वृक्ष लीन को पाता है। वृक्ष आदि की जोनि कीट पक्षी पशु धर्म करने वाले मनुष्य और देवता के सहृदय कर्म से मोक्ष के भागी होते हैं। अर्थात वृक्ष आदि के बाद कीट धर्म का पक्षी फिर पशु और उसके बाद धर्मात्मा मनुष्य होकर देवता को पाकर मोक्ष को पाता है। हजारों बार चार प्रकार के शरीर को धारण कर करके छोड़ता है और अच्छे कर्मों से मनुष्य होकर जो ज्ञानी होता है वह मोक्ष को प्राप्त होता है। 84 लाख योनियों में देह धारण करने वाले शरीर में मनुष्य देह के बिना हजारों आत्मा हजारों करोड़ जन्मों से पेड़ी कभी पुण्य के संचय से प्राणी मनुष्य जन्म को पाता है। वो उसी सीढ़ी रूप दुर्बल मनुष्य जन्म को पाकर जो आत्मा को नहीं पाता उससे बढ़कर पापी कौन है। जो मनुष्य इस उत्तम न देह को और इंद्रियों की सुंदरता को पाकर अपने आत्मा का हित नहीं जानता वह भ्रम घातक होता है। बिना शरीर के किसी को भी पुरुषार्थ नहीं होता, इसके देह और धन की रक्षा कर पुण्य कर्मों की साधना करें, सदा आत्मा की रक्षा करनी चाहिए। आत्मा ही सबका पात्र है, अपनी रक्षा के लिए जतन करना चाहिए क्योंकि जीता रहेगा तो अनेक कल्याणों को देखेगा। गांव खेत धन घर शुभ अशुभ ये तो बार बार मिलते रहते हैं परंतु मनुष्य शरीर बार बार नहीं मिलता। बुद्धि मन सदा शरीर की रक्षा का उपाय किया करते हैं क्योंकि कोई आदमी भी शरीर त्यागने की इच्छा नहीं करते। रक्षा से किए हुए इस शरीर से धर्म होता है और धर्म से ज्ञान और ज्ञान से ध्यान और ध्यान से जोग को प्राप्त होकर शीघ्र ही मुक्त हो जाता है। जो आत्मा ही आत्मा को भूले कामों से नहीं बचाए इससे दूसरा कौन आत्मा का हित करने वाला होगा। इस रोग में ही नरक रूप रोग चिकित्सा नहीं करता वह रोगी औषध रहित होकर देश में जाकर क्या करेगा। बेगारी के समान बुढ़ापा और फूटे घड़े के समान आजू बीतती जा रही है तथा रोग वैनिक के समान प्रहार करते हैं, इसलिए कल्याणप्रद कार्य का आवास करना चाहिए। जब तक दुख अस्त न करे और जब तक भुगतिए और पतियां जब आए तब तक इंद्रियां व्याकुल न हो जाए तब तक कल्याण के लिए उपाय करना चाहिए। जब तक यह शरीर सावधान रहे तब तक इन तत्व का अभ्यास कर लेना चाहिए क्योंकि घरों के कोनों में आग लगने पर दुर्बल बुद्धि वाला ही कुआं खोदने लगता है। संसार अनेक कार्य में फंसे रहने के कारण समय नहीं जान पड़ता। खेद की बात यह है कि मनुष्य अपने दुख सुख तथा हित को नहीं जानता। पैदा हुए जनों को विभिन्न रास्तियों से मृत को आपत्ति में फंसे तथा दुखद को देखकर यह भी लोग मोहनी रूप मंत्रा को पीकर कभी नहीं करता। धन संपत्ति सपन के तुल्य और जौवन फूल के समान होता है, आज बिजली के समान चपल है, इस बात को जानकर किसको धैर्य होता है। पहले तो 100 वर्ष का जीना ही कम था, उसमें भी आधा निद्रा और आलस से चला जाता है तथा उसमें भी बाल वास्ता भ्रापा रोग और दुखों में चला जाता है। अर्थात शेष आयु भी निष्फल ही बीत जाती है। मोक्ष आदि का अपाय का प्रमाण करने से अधोलोक होने वाला जागने वाला
सोने वाला अर्थात ब्रह्मा का चिंतन नहीं करना और भय का संस्थान को जो संसार है उसमें विश्वास करने वाला कौन मनुष्य नहीं मारा जाता अर्थात सब मारे जाते हैं। जल के भेद के समान देह में जब जीव आक्रमण करके स्थित होता है तब इस रूपी प्यारे के सहवास से जल में कैसे रह सकता है। जो मनुष्य अपने बुरे भले को नहीं जानता वह भैरी रूपी संसारिक विषयों को हेतु समझता है। अनित देह आदि को ध्रुव संगत से मोहित हुआ मनुष्य देखता हुआ भी गिर पड़ता है, सुनता हुआ भी उसकी ओर ध्यान नहीं देता तथा पढ़ता हुआ भी नहीं जानता। उस काल रूपी गहरे समुद्र में मृत्यु रोग और बुढ़ापा रूपी ग्रहों का पकड़ा हुआ है और मोते खाता हुआ इस जगत में कभी भी बोध नहीं प्राप्त होता। छन और क्षीण होता हुआ यह काल इस प्रकार दिखाई नहीं देता जैसे जल में रखा हुआ कच्चा घड़ा धोता बिगड़ता नहीं जाना जाता। बाजू का बांधना आकाश का खंडन करना और जल की तरंगों को भूतना संभव हो सकता है परंतु आजू के बारे में आस्था करना असंभव है। जब काल पृथ्वी को फूंक सकता है सुनेरू को घेर सकता है और समुद्र को सुखा सकता है तब तक तब इस शरीर का क्या कहना। मेरी संतान मेरी स्त्री मेरे भाई बंधु मेरा धन इस प्रकार कहते हुए मनुष्य रूपी बकरे को काल रूपी भेड़िया जबरदस्ती मार डालता है। जय काम कर लिया अब जय करने को है जय किया ना किया इस प्रकार की चेष्टा करते हुए पुरुष को जब आज अपने वश में कर लेता है कल होने वाले काम को आज ही कर लो और दोपहर के पीछे करने वाले काम को दोपहर से पहले ही कर लो क्योंकि वो किए अनकिए की प्रतीक्षा नहीं करती। बुढ़ापा द्वारा दिखाया है मार्ग जिसको ऐसे प्रचंड रोग रूपी सेना वाले शत्रु रूपी मोह से दबाया हुआ है तू अपने रक्षक भगवान को क्यों नहीं देखता। कृष्ण रूपी सुई से छेद हुए विश्व रूपी घी से सींचे हुए राग द्वेषी अग्नि से पके हुए मनुष्य को मृत्यु और गर्भ में रहने वाले यह सब मृत्यु वश खा लेती है ऐसा यह संसार है। अर्थात संसार में आया हुआ मृत्यु से कोई नहीं बचता। यह जीव जब अपने शरीर को छोड़कर जब लोग को जाता है तब स्त्री माता पिता और पुत्र आदि संबंधियों की बात ही क्या है। इस दुख रूपी जगत को जिसको इच्छा है इस दुख रूपी जगत की जिसको इच्छा है वही दुखी है। जिसने इसका त्याग कर दिया वह सुखी है अन्य कोई नहीं। सब दुखों को पैदा करने वाले और सब भक्तियों का स्थान तथा सब पापियों का स्वरूप इस संसार को जीवन छोड़ देना चाहिए। लोह और लकड़ी से बने फांसों से बना हुआ पुरुष छूट जाता है परंतु पुत्र स्त्री रूपी फांसों से बना हुआ कभी नहीं छूटता। प्राणी जितने मन से प्यारे संबंधों को काट करता है उतनी ही शोक रूपी कीड़े उसके हृदय में गढ़ती जाती है। हाँ खेल की बात यह है कि छल से संपूर्ण धन को भरने वाले विश्व रूपी हार बनने वाले उस देव स्थित इंद्र रूपी चारों ओर से लोगों को नष्ट कर दिया जैसे मांस का लोभी मांस से लिप्त हुई कीड़ को नहीं देखता वैसे ही सुख का लोभी मनुष्य जग की बाधा को नहीं देखता। हे गरुड़ जो अपने भले बुरे को नहीं जानते वह हमेशा खोटे मार्ग में चलते हैं तथा अपना पेट भरने में लगे रहते हैं।
मनुष्य गर्तगामी है, सोना वैभव करना और खाना ये सब प्राणियों के समान है, परंतु ज्ञानवान मनुष्य वह कहा जाता है जो ज्ञान से ही वह पशु कहा जाता है। प्रातः काल मन और उत्तर से मत ग्रह के समय भूख और प्यास से तथा रात्रि में कामदेव और निद्रा से पूर्ण पुर सुस्ताया जाता है। खेद है कि अज्ञान से मोहित सब जीव अपने देह धर्म और स्त्री आदि के प्रेम में फंसे हुए मरते और पैदा होते हैं, इसलिए सदा संग का त्याग करना चाहिए। यदि सब ना छोड़ सके तो बड़े के साथ संग करना चाहिए, क्योंकि सब संजय ही संग की औषधि है, सत्संग ही विवेक है, यही दो निर्मल नैन है, जिसके दोनों नहीं वह अंधा पुरुष को मालूम में कैसे नहीं जाएगा, अवश्य जाएगा। सब मनुष्य अपने अपने भगवान आचार में लगे हुए हैं, दूसरे धर्म को नहीं जानते, पखंडी भेदा और ही नष्ट हो जाते हैं। कोई नित्य क्रिया उन्हें प्रेक्षण करने वाला, कोई व्रत कोई उपवास आदि करने वाले अज्ञान से गिरे हुए शैया भूमा करते हैं। कर्म कार्य में लगे हुए मनुष्य नाम मात्र से प्रसन्न हो जाते हैं, वे मात्र का उच्चारण और होम आदि से तथा जग से विस्तारों के भ्रम एक बार भोजन अपास और शरीर सुखाने वाले नियम से मोक्ष की इच्छा करते हैं। वह मेरी माया से मोहित है, देह और धन देने मात्र से अभिवेकियों को मुक्ति कैसे हो सकती है, बम्बी के पीछे के ही सब पड़ा है, पखंडी लोग बड़ी बड़ी गदान बुद्ध दान कर साधुओं का वेश बनाए ज्ञानियों के समान लोग में घूमते हैं और मनुष्यों को बहकाते हैं। संसारी कर्मों के कष्ट और मैं भ्रम को जानता हूँ ऐसा कहने वाले तथा कर्म और भ्रम दोनों ही भ्रष्ट मनुष्य को चंडाल के समान त्याग देना चाहिए। संसार में आकर धर्म और भ्रम को समान जानने वाले एक नंगे घर आदि हुआ करते हैं क्या व्यक्त है। अगर मिट्टी और भ्रष्ट लगाने से मनुष्य मुक्त हो जाए तो हमेशा मिट्टी और भ्रष्ट रहने वाला कुत्ता मुक्त हो जाएगा। धन पत्ते और जल का हार करने वाले सदा भर में बसने वाले श्याल ऋण आदि का तपस्वी होते हैं। ये जनों ने वरण गंगा आदि नदियों में रहने वाले मेढक आदि का जो भी होते हैं कभी नहीं, पैंकटों को खाने वाले कबूतर और पृथ्वी के जल को कभी भी नहीं पीने वाले जातक या भक्ति नहीं होते, इसलिए ये सब काम लोगों को प्रसन्न करने वाले हैं। हे गरुड़ मोक्ष का कारण तो केवल तत्व ज्ञान है। हे गरुड़ खड़दर्शी रूपी महाअंत रूप में पड़े हुए शास्त्रों को पढ़ने वाले आकुल ज्ञानहीन ईश्वर को नहीं जानते, क्योंकि वे पशुओं की रस्सी से बंधे हुए हैं। वेद शास्त्री घोर समुद्र में दोनों छटपटाते हैं, छटपटाते रोकने में व्याकुल रहते हैं। वेद शास्त्रों और पुराण के जानने वाले यदि परमात्म को नहीं जानता उस विघटन का क्या हुआ जो गोमुखों के भोजन के समान बैठता है। यह ज्ञान है यह जाने योग है, इस चिंता में व्याकुल तथा ईश्वरी ज्ञान से बहुत हो रात दिन शास्त्रों को पढ़ा करते हैं। सुंदर भजन और शब्दों की रचना द्वारा काव्य अलंकार से सुशोभित तथा चिंता से व्याकुल इंद्रियों को पूर्ण सदा दुखित रहते हैं। परम तत्व तो और है अर्थात गुरु लक्ष्य है, परंतु मनुष्य उसके विपरीत क्लेश उठाते हैं तथा शास्त्र का भाव ना हो तो कुछ हो परंतु व्याख्या से विपरीत ही करते हैं। गुरु आदि के उपदेश रहित हंकार ही पुरुष स्वयं को अनुभव करने में समर्थ नहीं रखते और दूसरे के पूछने में उन्नामी भाव कहते हैं, अर्थात
अन्य से पूछ लेने में लज्जा करते हैं, वेद और शास्त्र को पढ़ते हैं परंतु एक दूसरे को बोध करते हैं, परंतु वे परम तत्व को ऐसे नहीं जानते जैसे कलसी पाप के रस को नहीं जानती। सिर को पुष्पों के माला को धारण करता है परंतु उसकी सुगंधि को नाश कर जानती है। इसी प्रकार वे शास्त्र को पढ़ देते हैं परंतु उसके भाव का बोध होना दुर्बल है। गुरु पुरुष आत्मा में स्थित तत्व को नहीं जानकर शास्त्रों में मोहित होता है, जैसे खराब बुद्धि वाला ग्वालिया आग और बकरी के रहते हुए भी उसे कुएं में देखता है। संसार का वो नाश होने के केवल शब्द का वो स्वार्थ नहीं है। जैसा दीपक की बात करने से अंधकार निवृत्त नहीं होता, बुद्धि ही मनुष्य का पर्दा ऐसा है जैसे अंधे को दर्पण। इससे बुद्धिमानों के लिए इस शास्त्र तत्व ज्ञान का लक्ष्य करने वाला है। जय ज्ञान है, जय जाने योग है, इन सब के सुनने की इच्छा करना करता है, परंतु देवताओं के हजारे वर्ष आजू होने से शास्त्र का पार नहीं मिलता। शास्त्र तो रिंग है, आजू थोड़ी है, विघन करोड़ों है। इसलिए चार वस्तुओं को जान लेना अच्छा जान लेना चाहिए। जैसे हंस जल से दूध को जान लेता है, बुद्धिमान पुरुष वेद और शास्त्रों का अभ्यास करके उससे तत्व ज्ञान को जानकर सब शास्त्रों को छोड़ देंगे। जैसे धान चाहने वाला प्यार से धान निकालकर पाप को छोड़ देता है, हे गुरु जैसे अमृत से तृप्त हुए वो भोजन का प्रयोजन नहीं रहता, उसी प्रकार तत्व जानने वाले को शास्त्र साथ भोजन नहीं है। मुक्ति का कारण केवल ज्ञान है। गुरु की एक ही वाणी से मुक्ति देने वाली है, अन्य सब विद्याएं विडंबना मात्र है। जैसे लकड़ी के हजारों गठों में से एक ही संजीवनी बुद्धि श्रेष्ठ है, क्रियाओं के प्रक्षण से रहित विश्व क्रिया के लिए अधिक है, कहा गया है वह गुरु के मुख अरविंद से मिलता मिल सकता है, करोड़ों शास्त्रों के पढ़ने से नहीं मिलता। गुरु का ज्ञान ही सबसे उत्तम ज्ञान है। जो गुरु आपको सिखाए वो ही सच मार्ग पर ले जाने में समर्थ होता है। ज्ञान दो प्रकार के हैं, एक शास्त्रों के द्वारा और दूसरा भवेक से उत्पन्न। शास्त्र में ज्ञान तो शब्द में ब्रह्म और भवेक से उत्पन्न पर परम ज्ञान है। कोई तो अद्वैत को श्रेष्ठ मानता है और कोई द्वैत को श्रेष्ठ मानता है, इच्छा करते हैं परंतु इस द्वैत और अद्वैत नहीं समस्त को नहीं जानते। मेरा नहीं है और मेरा है, यही दो शब्द पर मोक्ष और बंधन के लिए है। ये मेरा मेरा है इससे जीव बंधा रहता है, ये मेरा घर है इससे जीव बंधा रहता है, मेरा नहीं है इसमें जीव बंधन से छूट जाता है। कर्म होगी है जिससे बंधन ना हो, विद्या वही है जो मुक्ति देने वाली हो। अन्य कर्म तो केवल प्रक्षण के लिए बने हैं, अतः विद्या केवल शिल्प के न्यूनता को देखने को मिलती है। जब तक कर्म किए जाते हैं तब तक संसारिक भोगों का वासना और इंद्रियों में चपका रहती है, तब तक एक तत्व की कथा कहां है। जब तक देह अभिमान और जब तक माता तथा प्रथम का वेग है तब तक संकल्प की कल्पना है। जब तक मांस दिन नहीं होता, जब तक शास्त्र का प्रचार तथा तब तक गुरु की कृपा नहीं होती, तब तक तत्व की कथा कहां है।
अर्थात जब तक पूर्वक बात से तब तक अंत ज्ञान नहीं मिलता, जब तक एक ही व्रत तीर्थ जब हो पूजन और वेद शास्त्रों की कथा है, जब तक तत्व ज्ञान नहीं प्राप्त होता है गुरु। इसके यदि अपना मोक्ष चाहते हो तो सब प्रकार का जतन करके सदा के लिए वास्तव में दृष्ट निष्ठ होना चाहिए। तीनों तपो दैहिक देविक आध्यात्मिक विस्तार हुए मनुष्य को धर्म और ज्ञान रूपी भूल वालों तथा स्वर्ग और मोक्ष रूपी फल वालों को मोक्ष वृक्ष की छाया का आश्रय लेना चाहिए। इसलिए ज्ञान करके श्री गुरु के मुख से आत्म तत्व को जानना चाहिए। आत्म तत्व के ज्ञान लेने से ही जीव की कठिन संसार बंधन को सुख पूर्वक छूट जाता है। देखिए सोने धैर्य विच बहुत अच्छा प्रकल्प होता है। पहला मनुष्य 100 साल जीने मुश्किल है, 100 साल के बाद 50 साल निद्रा के विच निकल जाते हैं, 10-12 साल बालपन के विच निकले, बुढ़ापा आता है तो उस वक्त का कोई सुनता नहीं, कोई सुनी नहीं, तो उस वेले पक्के फल का स्वादिष्ट होता जेड़ा बुढ़ापे इंसान का फल है वो त्याग देंगे। जाने का मतलब सुनते ही नहीं, बड़ा पोता ने बोल नहीं जाते सियाना सिद्धिया के तुम्हारे जाकर ठीक नहीं, सियाना गल करता है समझ ही नहीं, बार उसको समझने की कोशिश नहीं करते। इस करके क्या करना चाहिए था बिना बिन सत संग विवेक न होई, राम कृपा बिना शोक न हो। तोलन वाले हो तोड़ लो, मैं कृपा गई गई तो सुन लो मेरी पुकार। सत्संग विच नन्ना अद तो अद तक तो फिर कहता आओ कहता तुम जाके अपना कर्म काम नहीं करो, अच्छा गुरु मिल जाए अपने समाज पर जाने लगे जाने यही पिछले जन्म तो आगे हो जाने चले जाए यही जान जाना था।
ਪਰਮਾਤਮਾ ਦਾ ਮੇਰਾ ਘਰ ਹੈ, ਮੈਂ ਕੋਈ ਅਧਾਰ ਸਭ ਤੋਂ ਪਹਿਲਾਂ ਵੱਡੀ ਸਰੀਰ ਦੀ ਸੁਰੱਖਿਆ ਕਰਨੀ ਚਾਹੀਦੀ ਹੈ, ਕਿਉਂ ਕਰਨੀ ਚਾਹੀਦੀ ਹੈ? ਜੇ ਸਰੀਰ ਸਵਸਥ ਹੋਊਗਾ, ਸੇਵਾ ਕਰੂਗਾ, ਕੰਮ ਕਰੂਗਾ, ਪਰੋਪਕਾਰ ਕਰੂਗਾ, ਜੇ ਸਰੀਰ ਠੀਕ ਹੋਊਗਾ। ਸਰੀਰ ਨੂੰ ਸਰੀਰ ਠੀਕ ਕਰਨ ਲਈ ਔਸ਼ਧੀਆਂ ਵਗੈਰਾ ਸਾਰਾ ਕੁਛ ਬਣਿਆ ਹੈ, ਇਸ ਕਰਕੇ ਸਰੀਰ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਦੂਸਰੇ ਨੰਬਰ ਦੇ ਵਿੱਚ ਆ ਜਾ ਧਰਮੇ ਰਕਸ਼ਤੁ ਰਕਸ਼ਤਾ, ਅਗਰ ਧਰਮ ਦੀ ਰੱਖਿਆ ਤੁਸੀਂ ਕਰੋਗੇ, ਧਰਮ ਤੁਹਾਡੀ ਰੱਖਿਆ ਕਰੂਗਾ। ਡਿਊਟੀ ਇਜ਼ ਮੈਨ ਪਰਫੈਕਟ ਸਫੀਅਰ, ਡਿਊਟੀ ਹੀ ਧਰਮ ਹੈ। ਧਰਮ ਹੀ ਇੱਥੇ ਬਾਅਦ ਰੱਖਦਾ, ਧਰਮ ਕਿਆ ਹੈ? ਬੱਚਿਆਂ ਨੂੰ ਪਾਲਣਾ। ਧਰਮ ਕਿਆ ਹੈ? ਧਰਮ ਜੋ ਹੈ ਆਪਣੇ ਅਸੂਲਾਂ ਨੂੰ ਅਪਣਾਉਣਾ, ਜੋ ਕਹਿ ਰਹੇ ਮਹਾਂਪੁਰਸ਼ ਉਹਨਾਂ ਦੇ ਅਸੂਲ ਨੂੰ ਪਹਿਚਾਨਣਾ ਹੀ ਉਹ ਧਰਮ ਹੈ, ਉਸ ਦਾ ਧਰਮ ਕਰਨਾ ਚਾਹੀਦਾ। ਤਾਂ ਫਿਰ ਕਹਿੰਦੇ ਆ ਕਿ ਤੁਸੀਂ ਕੀਰਤਨ ਆਇਓ, ਕੀਰਤਨ ਦੇ ਗਾਣੇ ਵਾਲਾ ਤੇਰੇ ਅੰਦਰ ਗਾਇਆ ਜਾਵੇ, ਜੈਸੇ ਮਿੰਟ ਵੈਸੇ ਬੋਲਣਾ ਬਿਲਕੁਲ ਜ਼ਰੂਰੀ ਆ। ਕੀਰਤਨ ਆਉਣਾ ਜੇ ਤੁਸੀਂ ਬਾਬਾ ਫਿਰ ਪਾਣੇ ਕਿ ਨਾ ਕਦੇ ਬੇਟੀ ਸਿੱਧਾ ਬਾਈ ਵੇਖਾ ਫਿਰ ਕਰਨਾ ਕਿਵੇਂ? ਇਹ ਆਪਣੇ ਜਿਸੇ ਕਰਮ ਜੇ ਕੀਤੇ ਹੋ, ਫਿਰ ਜਾ ਕੇ ਮਨ ਦੀ ਤਲਫਣਾ ਰਹੇ। ਤੀਰਥ ਕਿਆ ਹੈ? ਤੀਰਥ ਉਹ ਹੀ ਹੈ ਜਿੱਥੇ ਮਨ ਨੂੰ ਸ਼ਾਂਤੀ ਮਿਲੇ, ਸ਼ਾਂਤ ਬਣਦਾ ਮਨ। ਗੁਰੂ ਉਹੀ ਹੈ ਜਿਹੜਾ ਅੰਦਰ ਸ਼ਾਂਤੀ ਦੇ ਕੇ, ਸ਼ਾਂਤ ਦਾ ਪ੍ਰਕਾਸ਼ ਕਰਕੇ ਔਰ ਅਨਹਦ ਸ਼ਬਦ ਦਾ ਪ੍ਰਯੋਗ ਕਰਾਵੇ, ਉਹੀ ਜਿਸੇ ਚੱਲਦਾ। ਅਨਹਦ ਸ਼ਬਦ ਦਾ ਚੱਲਦੇ ਆ ਉੱਥੇ ਕੀ ਕਰਦੇ ਆ? ਉਹ ਜਿਸ ਵੇਲੇ ਹਿਰਦਿਆਂ ਦੇ ਵਿੱਚੋਂ ਨਿਕਲਦਾ ਹੈ ਸ਼ਬਦ, ਉਹ ਸ਼ਬਦ ਨਿਕਲ ਕੇ ਕੰਠ ਦੇ ਵਿੱਚ ਆ ਜਾਂਦਾ, ਭਗਤੀ ਦੇ ਮਾਰਗ ਦੇ ਵਿੱਚ ਚੱਲ ਕੇ ਫਿਰ ਨਾਸ਼ਿਕਾ ਇੰਦਰਾ ਪੀੜਾ ਸੁਖਣਾ ਨਾੜੀ ਦੇ ਵਿੱਚ ਚਲੇ ਜਾਂਦੇ ਆ, ਔਰ ਜਾ ਕੇ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੇ ਆ। ਤਾਂ ਉਸ ਨੂੰ ਜਾ ਕੇ ਕਹਿੰਦੇ ਦਸਵੇਂ ਦੁਆਰ ਦੇ ਵਿੱਚ ਈਸ਼ਵਰ ਪ੍ਰਾਣੀ ਚਲੇ ਜਾਂਦਾ, ਉਹ ਜੋਗ ਦੇ ਨਾਲ ਜਾਂਦਾ। ਜੋਗ ਕਿਸੇ ਨੂੰ ਇੰਨੀ ਜਲਦੀ ਆਉਂਦਾ ਨਹੀਂ, ਜੋਗ ਤਾਂ ਬਥੇਰੇ ਚੱਲ ਪਾਇਆ, ਪਰੰਤੂ ਇਹ ਜੋਗ ਨਹੀਂ ਚੱਲਦਾ, ਉਹ ਜੋਗ ਨਹੀਂ ਚੱਲਦਾ। ਸਰੀਰ ਕਿਆ ਹੈ? ਇਹ ਮਨੁੱਖ ਕਿਆ ਹੈ? ਜਗ੍ਹਾ ਕੀ ਹੈ? ਕਹਿੰਦਾ ਮੋਹੇ ਦਿਸ਼ਾ ਵਿਨਾਸ਼ੀ, ਮੋਹ ਹੀ ਕਾਰਨ ਹੈ ਸਭ ਵਿਨਾਸ਼ ਦਾ ਕਾਰਨ ਮੋਹ ਹੈ। ਪ੍ਰਾਂਤੂ ਸ਼ਬਦਾਂ ਨਹੀਂ ਹੈ, ਮਾਇਆ ਨਹੀਂ ਹੁੰਦੀ ਹੈ। ਸਾਰੇ ਭਗਵਾਨ ਰਾਮ ਵੀ ਮਾਇਆ ਜਦ ਦਸ਼ਕ ਮਿਲਿਆ ਤਾਂ ਹੋਏ, ਜਿਸ ਵੇਲੇ ਭਰਤ ਜਿਸ ਵੇਲੇ ਉਹਦੇ ਨਾਲ ਕਿਹਾ ਭਰਤ ਆ ਕੇ ਜਿਸ ਵੇਲੇ ਮਿਲਿਆ ਤਾਂ ਹੋਏ, ਜਿਸ ਵੇਲੇ ਜਾ ਕੇ ਸੀਤਾ ਦਹਨ ਹੋਇਆ ਫਿਰ ਤਾਂ ਹੋਏ, ਜਿਸ ਵੇਲੇ ਜਾ ਕੇ ਫਿਰ ਆ ਕੇ ਪਰਿਵਾਰ ਦੇ ਵਿੱਚ ਬੈਠੇ ਤਾਂ ਸੀਤਾ ਦੇ ਵਿਯੋਗ ਦੇ ਵਿੱਚ ਵੀ ਅੰਦਰ ਰੋਂਦੇ ਰਹੇ। ਉਸ ਵੇਲੇ ਗੁਰੂ ਵਸ਼ਿਸ਼ਠ ਕਹਿੰਦੇ ਮਾਇਆ ਕੀਤੋ ਮਾਧਵ ਰੂਪੋ ਅਗਤ ਆਈ, ਹੇ ਮਾਇਆ ਕੇ ਰਚਨਾ ਮਾਇਆ ਨੇ ਜੀਤਾ ਹੋ ਕੇ ਕਿਉਂ ਰੋ ਰਹੇ? ਉਹ ਕਹਿੰਦੇ ਮੈਂ ਮਾਨਵ ਲੀਲਾ ਕਰ ਰਿਹਾ ਹਾਂ, ਮੈਂ ਮਾਨਵ ਲੀਲਾ ਕਰ ਰਿਹਾ ਹਾਂ, ਕਿਉਂਕਿ ਇੰਦਰ ਤੇ ਜਾਣੇ ਕਿ ਜਿਹੜਾ ਨਾਲ ਦੇਖਦਾ ਹੈ ਸਾਥ ਦਿੱਤਾ ਆ, ਨਾਲ ਦੇਖ ਕੇ ਖੁਸ਼ੀਆਂ ਮਨਾਉਂਦਾ ਕਿ ਰੋਂਦਾ ਖਰਾ ਹੈ, ਅੱਜ ਇਹ ਪਤਾ ਲੱਗਾ ਕਿ ਟੀਵੀ ਦਾ ਰੋਣਾ ਕਿੱਦਾਂ ਹੁੰਦਾ। ਤਾਂ ਕਹਿੰਦੇ ਅੱਛਾ, ਕਹਿੰਦੇ ਫਿਰ ਹੁਣ ਕਹਿੰਦੇ ਕਿਹਨੂੰ ਦਿਖਾਉਂਦੇ ਆ? ਕਹਿੰਦਾ ਇੰਦਰ ਨੂੰ, ਇਹਦਾ ਗੱਦੀ ਦਿੱਤੀ ਆ ਸੰਨਿਆਸ ਦੇ ਵਿੱਚ, ਰਾਜਾ ਵੀ ਸੰਨਿਆਸੀ ਹੁੰਦਾ। ਰਾਮ ਨੇ ਪ੍ਰਗਟ ਕੀਤਾ ਕਿ ਸੰਨਿਆਸੀ ਜੇ ਸੀਤਾ
ਉਹਦੇ ਨਾਲ ਕਿਆ ਥੱਲੇ ਪੈਂਦੀ ਆ ਚਟਾਈ ਲਾ ਕੇ, ਉਸਨੇ ਵੀ ਆਪਣੀ ਚਟਾਈ ਲਾ ਕੇ ਰੱਖੀ ਤਾਂ ਉਸਨੂੰ ਦੁਖੀ ਹੋ ਕੇ ਜਿਸਨੇ ਘਾਹ ਫੂਸ ਬਿਠਾਇਆ ਉੱਤਰ ਚੱਕਰ ਸਿੱਟੀ ਆਰਾਮ ਨਾਲ ਸੌਂ ਦੇਖ ਕੇ ਸਾਰਾ ਦਿਨ ਚੱਲਦਾ ਸੀ ਤਾਂ ਉਸ ਵੇਲੇ ਦੁਖੀ ਹੋ ਕੇ ਲਕਸ਼ਮਣ ਨੇ ਆਪਣੇ ਸੁਸਰ ਨੂੰ ਜਾ ਕੇ ਸੁਨੇਹਾ ਦਿੱਤਾ ਕਿ ਚਿੱਠੀ ਦਿੱਤੀ ਕਿ ਮੇਰਾ ਰਾਮ ਬਹੁਤ ਜ਼ੋਰ ਦੇ ਵਿੱਚ ਬੈਠਾ ਹੈ, ਤੁਸੀਂ ਆ ਕੇ ਉਹਨੂੰ ਪਾਰ ਸਕੋ। ਪਰ ਉਹ ਕਿਸੇ ਨਾਲ ਗੱਲ ਨਹੀਂ ਕਰਦੇ, ਨਾ ਰੋਂਦੇ ਹਨ ਨਾ ਗੱਲ ਕਰਦੇ। ਉਸੇ ਵੇਲੇ ਮਹਾਰਾਜਾ ਜਨਕ ਜੀ ਆਏ, ਆ ਕੇ ਉਹਨਾਂ ਨੇ ਕਿਹਾ ਕਿ ਰਾਮ, ਉਹ ਕਹਿੰਦਾ ਮੈਂ ਗੁਨਾਹਗਾਰ। ਰਾਮ ਕਹਿੰਦਾ ਮੈਂ ਗੁਨਾਹਗਾਰ ਹਾਂ, ਜੋ ਦੰਦ ਦੇਣਾ ਦੇ ਸਕਦੇ ਨੇ। ਉਹ ਕਹਿੰਦਾ ਮੈਂ ਦੰਦ ਦੇਣੇ ਨਹੀਂ ਆਇਆ, ਮੈਂ ਦੰਦ ਦੇਣੇ ਨਹੀਂ ਆਇਆ, ਮੈਂ ਸਿਰਫ ਦੇਖਣ ਲਈ ਆਇਆ। ਅਚਾਨਕ ਨਹੀਂ ਉਹ ਅੰਦਰ ਤਸਵੀਰ ਚਲੇ ਗਏ, ਜਦ ਦੇਖਿਆ ਤਾਂ ਰਾਜਾ ਜਨਕ ਵੀ ਬੋਲ ਗਿਆ। ਉਹ ਸੰਨਿਆਸੀ, ਮੈਂ ਤੈਨੂੰ ਸੰਨਿਆਸੀ ਕਹਾਂ ਜਾਂ ਤੈਨੂੰ ਰਾਜਾ ਕਹਾਂ, ਮੈਂ ਤੈਨੂੰ ਇੰਨਾ ਕਿਹਾ ਦੇਖਦਾ। ਕਹਿੰਦਾ ਮੇਰਾ ਸਿਧਾਂਤ ਕੁਛ, ਮੇਰਾ ਪਦਵੀ ਕੁਛ, ਸਿਧਾਂਤ ਦਾ ਮੇਰਾ ਕਰਮ ਸਿਧਾਂਤ ਦਾ ਮੈਂ ਕੁਛ ਨਹੀਂ ਕਰ ਸਕਦਾ, ਇਹਦੇ ਵਿੱਚ ਕੁਛ ਨਹੀਂ। ਇਸ ਵੇਲੇ ਜਿੱਦਾਂ ਸਾਡੇ ਪ੍ਰਧਾਨ ਮੰਤਰੀ ਚੱਲੇ ਮਾਂ ਮਰੀ ਦਾ ਚੌਥੇ ਪਦਮਾ ਕਰਦੇ ਬਸਰ ਜਾ ਕੇ ਕੰਮ ਤੇ ਬੈਠੇ, ਇਹ ਨਹੀਂ ਦੇਖਿਆ ਕਿ ਰਾਜਾ ਗਏ ਨਹੀਂ। ਇਸ ਕਰਕੇ ਜਿਸ ਸਮੇਂ ਉਸ ਸੰਨਿਆਸੀ ਦੇ ਕਰਮ ਯੋਗ ਨਹੀਂ ਦਿੱਤੀ ਤਾਂ ਉਸ ਕਰਮ ਯੋਗ ਕਹਿੰਦੇ ਨੇ। ਤਾਂ ਇਸ ਵੇਲੇ ਜੋ ਵੀ ਰਾਸ਼ਟਰ ਦੀ ਖਾਤਰ ਕਰਦਾ ਹੈ, ਸਾਰਾ ਕੁਛ ਕਰਦਾ ਹੈ ਆਪਣੀ ਕਮਾਈ ਕਰਨ ਲਈ, ਗੁਰੂ ਦਾ ਸ਼ਬਦ ਹੈ, ਗੁਰੂ ਦਾ ਸ਼ਬਦ ਕਿਹਾ ਹੈ, ਗੁਰੂ ਦਾ ਅਨ ਸ਼ਬਦ ਹੈ, ਉਸਦਾ ਓਮ ਓਂਕਾਰ ਸ਼ਬਦ ਹੈ, ਉਸ ਨੂੰ ਜਾ ਕੇ ਜਿਸਨੇ ਸਾਰੇ ਪੀਂਦੇ ਆ ਤਾਂ ਉਸ ਨੂੰ ਸਿਮਰਨ ਕਰਦੇ ਆ। ਸਿਮਰਨ ਕਰਦੇ ਹੋਏ ਵੀ ਇਹਨਾਂ ਪਾਪਾਂ ਨੂੰ ਖਤਮ ਕਰ ਦਿੰਦੇ ਆ, ਉਸ ਵੇਲੇ ਇਹਨਾਂ ਪਾਪਾਂ ਨੂੰ ਖਤਮ ਕਰਕੇ ਤਾਂ ਉਸ ਨੂੰ ਜਾ ਕੇ ਆਪਣੇ ਪਰਮਾਤਮਾ ਦੀ ਲਾਈਨ ਦੇ ਵਿੱਚ ਲਾ ਜਾਂਦੇ ਆ। ਇਹ ਦੱਸ ਮੈਂ ਜਾਣੀ ਕਿ ਸੋਹਣੇ ਗਾਇਬ ਸੌ ਦਾ ਸਲੋਕ ਦਾ ਅਰਥ ਥੋੜ੍ਹਾ ਜਿਹਾ ਸਮਝਾ, ਥੋੜ੍ਹਾ ਜਿਹਾ ਬਹੁਤਾ ਨਹੀਂ, ਕਿ ਬਾਕੀ ਜਿਹੜੇ ਪਖੰਡ ਮਾਤਰ ਹੈ ਸਾਰਾ ਕੁਛ ਕਰਨਾ, ਜੋ ਵੀ ਦਾਨ ਦਾ ਕੁਛ ਹੀ ਇਹ ਜਿਹੜੇ ਲੈਣ ਦੇਣ ਦੇ ਭੁਗਤੇ ਆ, ਜੋ ਵੀ ਕੰਮ ਕਰਨਾ ਆ ਉਹ ਸਿਰਫ ਉਸ ਨੂੰ ਪਹੁੰਚਣ ਦਰਸ਼ੀ ਰਹੀ ਹੈ। ਇਹਦੇ ਵਿੱਚ ਕਹਿੰਦੇ ਕਿੱਦਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਹੋਊਗਾ ਤਾਂ ਉਸ ਵੇਲੇ ਦੱਸਦੇ ਆ ਭਗਵਾਨ ਕ੍ਰਿਸ਼ਨ ਦਾ। ਸੱਚਦਾਨੰਦ ਰੂਪਾਏ, ਸੱਚਦਾਨੰਦ ਰੂਪ ਹੈ ਉਸ ਵੇਲੇ ਭਗਵਾਨ ਕ੍ਰਿਸ਼ਨ ਦਾ ਸੁਣ ਹੈ, ਉਹਨੂੰ ਸੱਚਦਾਨੰਦ ਕਿਹਾ ਗਿਆ। ਸੱਚਦਾਨੰਦ ਉਸ ਵੇਲੇ ਕਿਆ ਕਹਿੰਦੇ ਆ, ਉਹਨੇ ਕਹਿੰਦੇ ਤਿੰਨਾਂ ਪਾਪਾਂ ਨੂੰ ਖਤਮ ਕਰੇ, ਤਿੰਨਾਂ ਪਾਪਾਂ ਨੂੰ ਖਤਮ ਕਰਨ ਵੇਲੇ ਵੇਦ ਦੇਵਕ ਬਹੁਤ ਇਹਨਾਂ ਨੂੰ ਨਾਸ਼ ਕਰਕੇ ਬਚਾਉਂਦਾ। ਉਸ ਵਕਤ ਸਾਰਾ ਕੁਛ ਕਰਦੇ ਹੋਏ ਵੀ ਹੈਂ ਚਾਹੁੰਦੇ ਨੇ ਅਨੇਕ ਸ਼ਬਦ ਸਾਰਾ ਕੁਛ ਕਰਕੇ ਤਾਂ ਸੂਖਮ ਜਿੱਤ ਦੇ ਵਿੱਚ ਭਗਵਾਨ ਜੀ ਸ੍ਰੀ ਕਮਲ ਮੰਗਲ ਮੰਗਲ ਕਰ ਲੰਬੀਆਂ ਸਾਂਭਰੇ ਰਾਧੇ ਮਨ
ਸਕਲ ਗੋਪੀਆਂ ਨੇ ਮਨ ਹਰ ਗੁਰਪਾਨ ਚਰਨ ਸੁਖ ਵਿਸਾਰ ਕਰਤ ਗੇਹ ਕਹੋ ਨ ਮਿਸ ਦਿਨ ਤੂੰ ਜਬ ਭਵਨ ਗੁਹਾਰ ਅਜਰ ਅਮਰ ਗੋਰ ਨਿਸ਼ਚਲ ਕਰੋ ਕਹ ਅਪਰਾ ਪਰ ਸੁੰਦਰ ਕੇਸ਼ਵ ਵੰਸ਼ੀ ਦਰ ਵਸੁਦੇਵ ਜਹੀਆ ਵੰਸ਼ੋ ਸ਼੍ਰੀ ਬਾਵਨ ਜਬ ਰੂਪ ਤੇ ਪਦ ਰਾਖ ਲੀਨੋ ਲੰਕਾ ਛੇਯੋ ਰਾਵਨ ਜਪਣ ਚਰਨ ਬੰਦੋ ਜਸ ਗਿਆਨ ਪ੍ਰਕਾਸ਼ਿਤ ਆਦਿ ਵਿਸ਼ਨੁ ਜੁਗਾਦਿ ਬ੍ਰਹਮਾ ਸੇਵ ਕੇਸ਼ਵ ਸ਼ੰਕਰ ਸ਼੍ਰੀ ਕ੍ਰਿਸ਼ਨ ਕੇਸ਼ਵ ਕ੍ਰਿਸ਼ਨ ਕੇਸ਼ਵ ਕ੍ਰਿਸ਼ਨ ਜਾਤਿ ਪਤਿ ਕੇਸ਼ਵ ਸ਼੍ਰੀ ਰਾਮ ਰਘੁਵਰ ਰਾਮ ਰਘੁਵਰ ਰਾਮ ਰਘੁਵਰ ਰਾਘਵ ਸ਼੍ਰੀ ਰਾਮ ਕ੍ਰਿਸ਼ਨ ਗੋਬਿੰਦ ਮਾਧਵ ਵਾਸੁਦੇਵ ਸ਼੍ਰੀ ਰਾਮਨ ਮੱਚ ਕੱਚ ਵਰਨ ਸਿੰਘ ਪਾਈ ਰਘੁਪਤੀ ਪਾਵਨ ਮਥੁਰਾ ਮੇ ਕੇਸ਼ਵ ਹੈ ਵਿਰਾਜੇ ਗੋਕੁਲ ਬਾਲ ਕੰਧ ਜੀ ਸ਼੍ਰੀ ਵਰਿੰਦਾਵਨ ਮੇ ਮਦ ਵਿਮੋਨ ਗੋਪੀਨਾਥ ਗੋਬਿੰਦ ਜੀ ਸੁੰਦਰ ਸਭ ਸਖਾਵੇ ਸੰਗ ਰਾਧੇ ਮਾਮਣੀ ਹੰਸ਼ੀ ਭਗਤ ਨਿਕਟ ਜਪਨਾ ਦੇਵ ਸੁਹਾਵਣੀ ਰਾਘਵੇਸ਼ ਰਘੁਵੰਸ ਉੱਤਮ ਪਰਮ ਰਾਜ ਕੁਮਾਰ ਜੀ ਸੀਤਾ ਕੇ ਕਵੀ ਭਗਤਨ ਕੇ ਕਵੀ ਜਗਤ ਸਵਾਮੀ ਜਨਕ ਰਾਜਾ ਮਨਕ ਰਾਖੀ ਦਰੁਸ਼ਵਾਨ ਚਰਾਵੇ ਸਤੀ ਸੀਤਾ ਨਾਮ ਜਾ ਕੇ ਸ਼੍ਰੀ ਰਾਮ ਚੰਦ ਮਥੁਰਾ ਖੇਡ ਗੋਕੁਲ ਨੰਦ ਕੇ ਨੰਦਰ ਬਾਲ ਰਾਜਿਤ ਪਾਵਨ ਦੇਵ ਕੀ ਸ਼੍ਰੀ ਕ੍ਰਿਸ਼ਨ ਕੰਨ ਹਰਨ ਜਾਗੇ ਜੋ ਬਲੇ ਮਨ ਚੰਨ ਕੋ ਆਦਿ ਆਪਣੀ ਦੇਹ ਮਾਲਕ ਭਵ ਸੰਗ ਕੇ ਕਰਨ ਕੋ
जगन्नाथ जगदीश स्वामी श्री बद्रीनाथ शंबर नाथ श्री पदेशम श्री गुरु अनंत अवतार स्वामी कवि गमन दास Ooh.